ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਕਿਵੇਂ ਬੋਲੋ? ਤੁਹਾਡਾ ਸਾਰਿਆਂ ਫਿਰ ਤੋਂ ਵੈਲਕਮ ਕਰਦੇ ਹਾਂ ਅਤੇ ਹੋਪਫੁਲ ਅਸੀਂ ਸਾਰੇ ਘੈਂਟ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਦਾ ਵਲੋਗ ਤੁਹਾਡੇ ਸਾਰਿਆਂ ਲਈ ਬਹੁਤ ਹੀ ਸਪੈਸ਼ਲ ਰੂ, ਕਿਉਂਕਿ ਅੱਜ ਦੇ ਵਲੋਗ 'ਚ ਮੈਂ ਗੱਲ ਕਰਨ ਜਾ ਰਿਹਾ ਕਿ ਆਪਾਂ ਕਿੱਦਾਂ ਕਸਟਮ ਪਲੇਟ ਅਪਲਾਈ ਕਰ ਸਕਦੇ ਹਾਂ ਇਨ ਕੈਨੇਡਾ। ਸੋ ਬਹੁਤ ਚਿਰ ਤੋਂ ਇੱਕ ਰੀਸ ਸੀਗੀ, ਇੱਕ ਸੁਪਨਾ ਕਹਿ ਸਕਦੇ ਹਾਂ, ਹੈ ਨਾ, ਕਿਉਂਕਿ ਜ਼ਿੰਦਗੀ 'ਚ ਆਪਾਂ ਇੱਕ ਛੋਟੇ ਛੋਟੇ ਸ਼ੌਂਕ ਹੁੰਦੇ ਜਿਹੜੇ ਆਪਾਂ ਪੂਰੇ ਕਰਨੇ ਹੁੰਦੇ। ਸੋ ਇਹ ਵੀ ਇੱਕ ਸ਼ੌਂਕ ਸੀ ਜਿਹੜਾ ਸ਼ਾਇਦ ਇੱਥੇ ਆ ਕੇ ਲਿਖਿਆ ਸੀ ਪੂਰਾ ਹੋਣਾ, ਹੈ ਨਾ, ਜਦੋਂ ਆਪਦੇ ਉੱਥੇ ਸੀਗੇ, ਘਰ ਸੀਗੇ, ਪੰਜਾਬ ਸੀਗੇ, ਅਤੇ ਕਦੇ ਸੋਚਦੇ ਹੁੰਦੇ ਸੀ ਵੀ ਯਾਰ ਕੈਨੇਡਾ ਜਾਵਾਂਗੇ, ਕਿਤੇ ਵੀ ਕਿਸੇ ਹੋਰ ਕੰਟਰੀ ਵੀ ਜਾਵਾਂਗੇ ਤਾਂ ਇੱਕ ਇੱਦਾਂ ਦਾ ਜ਼ਰੂਰ ਕਸਟਮ ਪਲੇਟ ਆਪਦੀ ਗੱਡੀ 'ਤੇ ਲਾਵਾਂਗੇ, ਚਾਹੇ ਗੱਡੀ ਛੋਟੀ ਹੋਵੇ ਚਾਹੇ ਵੱਡੀ, ਡਜ਼ਨਟ ਮੈਟਰ। ਪਰ ਇੱਕ ਆਪਦੇ, ਹੈ ਨਾ, ਆਪਦੀ ਕੀ ਕਹਿੰਦੇ ਨੇ, ਸ਼ੌਂਕ ਲਈ ਇੱਦਾਂ ਦਾ ਕਰਾਂਗੇ ਅਪਲਾਈ ਕਸਟਮ ਪਲੇਟ। ਸੋ ਇਹ ਵੀ ਅੱਜ ਸ਼ੁਕਰ ਆ ਬਾਬਾ ਜੀ ਦਾ ਵੀ ਸੁਪਨਾ ਪੂਰਾ ਹੋਇਆ, ਅਤੇ ਆਪਾਂ ਨੂੰ ਆਲਮੋਸਟ ਮੈਨੂੰ ਤਾਂ ਵੀਕ ਪਹਿਲਾਂ ਆ ਗਈ ਸੀ ਕਾਲ ਵੀ ਤੁਹਾਡੀ ਕਸਟਮ ਪਲੇਟ ਆਈ ਪਈ ਆ ਅਤੇ ਪਿੱਕ ਕਰ ਲਓ। ਪਰ ਮੈਨੂੰ ਥੋੜ੍ਹਾ ਟਾਈਮ ਨਹੀਂ ਲੱਗਿਆ ਕਿਉਂਕਿ ਮੈਂ ਥੋੜ੍ਹਾ ਕੰਮ ਕਾਰ ਦੇ ਵਿੱਚ ਬਿਜ਼ੀ ਸੀਗਾ, ਇਸ ਕਰਕੇ ਵਲੋਗ ਵੀ ਨਹੀਂ ਵਿੱਚੋਂ ਆ ਪਾਏ ਅਤੇ ਆਪਾਂ ਕਸਟਮ ਪਲੇਟ ਵੀ ਚੱਕਣ ਨਹੀਂ ਗਏ। ਸੋ ਹੁਣ ਵੀ ਮੈਂ ਕੰਮ 'ਤੇ ਜਾਣਾ ਅੱਧੇ ਘੰਟੇ ਤੱਕ, ਪਰ ਮੈਂ ਸੋਚਿਆ ਜਾਂਦੇ ਜਾਂਦੇ ਕਸਟਮ ਪਲੇਟਾਂ ਦੀ ਪਿੱਕ ਕਰ ਲੈਂਦੇ ਹਾਂ। ਸੋ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਪ੍ਰੈਸ ਬੈੱਲ ਆਈਕਨ ਅਤੇ ਮੇਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਮੇਰੇ ਲਾਈਫ ਦੀ ਡੇਲੀ ਅਪਡੇਟ ਤੁਹਾਨੂੰ ਸਾਰਿਆਂ ਨੂੰ ਮਿਲਦੀ ਰਹੇ। ਬਾਕੀ ਹੁਣ ਆਪਾਂ ਜਾ ਰਹੇ ਕਸਟਮ ਪਲੇਟ ਚੱਕਣ, ਅਤੇ ਤੁਹਾਨੂੰ ਮੈਂ ਸਾਰਾ ਪ੍ਰੋਸੀਜਰ ਦੱਸੂੰਗਾ ਵੀ ਕਸਟਮ ਪਲੇਟ ਅਪਲਾਈ ਕਿੱਦਾਂ ਹੁੰਦੀ ਹੈ, ਕੀ ਡਾਕੂਮੈਂਟ ਚਾਹੀਦੇ ਆ, ਅਤੇ ਕਿੰਨਾ ਪ੍ਰੋਸੈਸਿੰਗ ਟਾਈਮ ਆ, ਫੀਸ ਕਿੰਨੀ ਲੱਗਦੀ ਆ, ਅਤੇ ਤੁਸੀਂ ਅਲੱਗ ਅਲੱਗ ਕਸਟਮ ਪਲੇਟ ਕਿੱਦਾਂ ਅਪਲਾਈ ਕਰ ਸਕਦੇ ਹੋ, ਕਿਉਂਕਿ ਹਰ ਇੱਕ ਪ੍ਰੋਵਿੰਸ ਦਾ, ਹੈ ਨਾ, ਹਰ ਇੱਕ ਪ੍ਰੋਵਿੰਸ ਦਾ ਇੱਥੇ ਅਲੱਗ ਅਲੱਗ ਹਿਸਾਬ ਆ। ਜਿਵੇਂ ਓਨਟਾਰੀਓ 'ਚ ਅਲੱਗ ਹਿਸਾਬ ਆ, ਬ੍ਰਿਟਿਸ਼ ਕੋਲੰਬੀਆ 'ਚ ਅਲੱਗ ਹਿਸਾਬ ਆ, ਅਲਬਰਟਾ 'ਚ ਅਲੱਗ ਹਿਸਾਬ ਆ, ਇੱਥੇ ਨਿਊ ਬ੍ਰੰਸਵਿਕ 'ਚ ਅਲੱਗ ਹਿਸਾਬ ਆ, ਨੋਵਾ ਸਕੋਸ਼ੀਆ 'ਚ ਅਲੱਗ ਹਿਸਾਬ। ਸੋ ਸਾਰੇ ਹਰ ਇੱਕ ਪ੍ਰੋਵਿੰਸ ਦੇ ਆਪਦੇ ਇੱਥੇ ਰੂਲਸ ਨੇ, ਜਿੱਦਾਂ ਆਪਣੇ ਉੱਥੇ ਸਟੇਟ ਵਾਈਜ਼ ਰੂਲ ਹੁੰਦੇ ਸਾਰਿਆਂ ਦੇ ਆਪਦੇ ਆਪਦੇ। ਸੋ ਜੇ ਮੈਂ ਟੀ ਸ਼ਰਟ ਚੱਕ ਲਈ ਆਪਦੀ ਕੰਮ ਵਾਲੀ, ਉੱਥੇ ਜਾ ਕੇ ਆਪਾਂ ਚੇਂਜ ਕਰ ਲਾਂਗੇ, ਅਤੇ ਫਿਲਹਾਲ ਦੀ ਘੜੀ ਮੈਂ ਨਿਕਲਣ ਲੱਗਾ ਬਸ ਘਰੋਂ, ਅਤੇ ਆਪਾਂ ਲੋਕ ਲੋਕ ਚੈੱਕ ਕਰ ਲਿਆ, ਬਸ ਸਾਰਾ ਸਮਾਨ ਜਿਹਾ ਮਾੜਾ ਜਿਹਾ ਫਰਿੱਜ 'ਚ ਰੱਖ ਦਈਏ, ਬਾਅਦ 'ਚ ਰਹਿ ਜਾਣਾ ਵਾ। ਬਾਕੀ ਤੁਸੀਂ ਨਾਲ ਨਾਲ ਬਣੇ ਰਹੋ, ਤੁਹਾਨੂੰ ਦਿਖਾਉਂਦੇ ਹਾਂ, ਅਤੇ ਮੈਂ ਨਿਕਲਦਾ ਇੱਥੋਂ, ਤੁਹਾਨੂੰ ਗੱਡੀ ਦਿਖਾਉਂਦੇ ਬਾਹਰ। ਅੱਜ ਫੁੱਲ ਮੀਂਹ ਦਾ ਮੌਸਮ ਬਣਿਆ ਪਿਆ ਸਵੇਰ ਦਾ, ਉਹ ਖੜੀ ਆਪਣੀ ਗੱਡੀ, ਪਿੱਛੇ ਪਲੇਟ ਦਾ ਹਾਲ ਦੇਖ ਸਕਦੇ ਤੁਸੀਂ, ਇੱਕ ਪਲੇਟ ਪੂਰੀ ਖਰਾਬ ਹੋਈ ਪਈ ਆ, ਅਤੇ ਮੈਨੂੰ ਨਵੀਂ ਚਾਹੀਦੀ ਸੀ ਇਸ ਗੱਡੀ ਲਈ, ਪਰ ਮੈਂ ਸੋਚਿਆ ਨਵੀਂ ਲਵਾਉਣੀ ਆ ਅਤੇ ਕਸਟਮ ਹੀ ਲਵਾ ਦਈਏ। ਇੱਧਰੋਂ ਆਪਣੇ ਬਾਬਾ ਜੀ ਵੀ ਆ ਗਏ ਘਰ ਵਾਪਸ, ਕੀੜਾ ਕੂੜਾ ਕੱਢ ਕੇ ਉਹਦੇ ਕਿੱਧਰੋਂ ਆਇਆ, ਅਤੇ ਆਪਣੇ ਜਾਣ ਦਾ ਟਾਈਮ ਹੋ ਗਿਆ, ਆਪਾਂ ਨਿਕਲਦੇ ਹਾਂ ਫਿਰ, ਲੋਕ ਨਹੀਂ ਲਾਉਂਦੇ ਹੁਣ, ਆ ਜਾਓ ਫਿਰ ਚੱਲੀਏ ਥੱਲੇ। ਚਲੋ ਵੀ ਮਿੱਤਰੋ ਚੱਲੀਏ, ਆਪਾਂ ਚੱਕ ਲਈ ਆਪਣੀ ਪਲੇਟ, ਫਿਰ ਨਿਕਲੀਏ ਕੰਮ ਨੂੰ। ਮੀਂਹ ਕਰਕੇ ਵੀ ਨਾ ਮੌਸਮ ਜਿਹਾ ਬੜਾ ਖਰਾਬ ਹੋ ਜਾਂਦਾ, ਧੁੱਪ ਧੁੱਪ ਨਿਕਲੀ ਸੀ, ਘੈਂਟ ਹੋਇਆ ਹੋਇਆ ਸੀ ਕੰਮ। ਚਲੋ ਕੋਈ ਨਾ, ਹੁਣ ਤੁਹਾਨੂੰ ਪਹੁੰਚ ਕੇ ਦਿਖਾਉਂਦੇ ਹਾਂ ਉੱਥੇ, ਠੀਕ ਹੈ ਜੀ, ਇੱਦਾਂ ਨਾਲ ਨਾਲ ਬਣੇ ਰਹੋ। ਕਿਆ ਬਾਤ ਹੈ, ਇੱਧਰ ਅਸਮਾਨ ਸਾਫ਼ ਆ, ਉੱਧਰ ਵਾਲੇ ਪਾਸੇ ਮੀਂਹ ਪੈਂਦਾ ਪਿਆ ਸੀਗਾ, ਇੱਥੇ ਬਈ ਕਨੇਡਾ ਹੈ, ਕਨੇਡਾ, ਇੱਥੇ 3W ਕਹਿੰਦੇ ਨੇ ਨਾ, ਵੈਦਰ ਵਰ ਕੈਨ ਵੂਮੈਨ, ਕੁਛ ਨਹੀਂ ਪਤਾ ਬਾਈ, ਹੁਣ ਇੱਥੇ ਵੇਖੋ ਕਿੰਨਾ ਘੈਂਟ ਅਸਮਾਨ ਹੋਇਆ ਪਿਆ, ਅਤੇ ਕੁਛ ਨਹੀਂ ਗਾ, ਮੈਂ ਸਿਰਫ 3 ਸਟੇਟਾਂ ਟੱਪ ਕੇ ਆਇਆ ਹਾਲੇ। ਗੱਲਬਾਤ ਹੈ ਜੀ, ਗੱਲਬਾਤ। ਚਲੋ ਬਸ ਪਹੁੰਚਣ ਵਾਲੇ ਆਪਾਂ, ਹੋਰ 2 ਮਿੰਟ ਦਾ ਰਾਹ ਰਹਿ ਗਿਆ। ਲਓ ਵੀ ਆਪਾਂ ਪਹੁੰਚ ਗਏ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਨੂੰ ਖੋਲ੍ਹਣੀ ਪੈਣੀ ਪਲੇਟ, ਕਿਉਂਕਿ ਇਹ ਅੰਦਰ ਸਬਮਿਟ ਕਰਨੀ ਹੁੰਦੀ, ਅਤੇ ਮੈਂ ਪਲੇਟ ਉਤਾਰ ਲਈ ਹੈ, ਕਿਉਂਕਿ ਪਲੇਟ ਆਪਾਂ ਨਾਲ ਲੈ ਕੇ ਜਾਣੀ ਪੈਂਦੀ ਆ, ਆਰ ਸੀ ਊਰ ਸੀ ਗੱਡੀ ਦੀ, ਅਤੇ ਬਸ ਉਹ ਉੱਥੇ ਜਾਣਾ ਅੰਦਰ ਸਰਵਿਸ, ਜਿਵੇਂ ਆਪਣੇ ਉੱਥੇ ਹੁੰਦੇ ਨਾ
ਸੇਵਾ ਕੇਂਦਰ 'ਚ, ਬਸ ਉਹ ਹਿਸਾਬ ਕਿਤਾਬ ਇਹਨਾਂ ਦਾ। ਚੱਲਦੇ ਅੰਦਰ ਆਪਾਂ, ਆਪਾਂ ਖੜ ਗਏ ਲਾਈਨ ਦੇ ਵਿੱਚ ਆ ਕੇ, ਦੇਖਦੇ ਹਾਂ ਕਿੰਨੇ ਚਿਰ ਤੱਕ ਵਾਰੀ ਆਉਂਦੀ ਹੈ। A few minutes later. ਹਾਂਜੀ, ਤੁਹਾਨੂੰ ਮਿਲ ਗਈ ਆ ਪਲੇਟ, ਆਪਾਂ ਨੂੰ ਆ ਰਹੀ ਆਪਣੇ ਹੱਥ 'ਚ ਨਵੀਂ ਪਲੇਟ, ਅਤੇ ਜਾ ਕੇ ਕਰਦੇ ਹਾਂ ਗੱਡੀ ਕੱਸਦੇ ਹਾਂ। ਗੁੱਡ ਗੁੱਡ, ਹਾਊ ਆਰ ਯੂ? ਸੋ ਤੁਹਾਨੂੰ ਮੈਂ ਇੱਕ ਵਾਰੀ ਪਲੇਟ ਕੱਸ ਲਵਾਂ, ਉਸ ਤੋਂ ਬਾਅਦ ਸਾਰਾ ਪ੍ਰੋਸੈਸ ਦੱਸਦਾ ਕੀ ਹੋਇਆ। ਸਿਰਫ 5 ਤੋਂ 7 ਮਿੰਟ ਲੱਗੇ ਹੋਣੇ ਮੁਸ਼ਕਲ ਨਾਲ। ਪਤਾ ਨਹੀਂ ਅੱਜ ਬਾਰਿਸ਼ ਕਰਕੇ ਰਸ਼ ਨਹੀਂ ਸੀਗਾ, ਕੀ ਸਿਸਟਮ ਸੀਗਾ। ਓਹੋ, ਇੰਨੀ ਫੋਟੋ ਚਿੱਟੀ ਕਿਉਂ ਆ ਰਹੀ ਹੈ? ਬੈਠ ਜਾਓ, ਮੈਂ ਚੈੱਕ ਕਰਦਾ। ਹਾਂ, ਹੁਣ ਕੁਛ ਆਈ ਠੀਕ ਹੈ। ਅੱਛਾ, ਪਿਛਲੇ ਸਾਈਡ 'ਤੇ ਨਾ ਲਾਈਟ ਜ਼ਿਆਦਾ ਪੈ ਰਹੀ ਹੈ। ਸੋ ਪਲੇਟ ਮੈਂ ਤੁਹਾਨੂੰ ਬਿਲਕੁਲ ਐਂਡ ਆਫ ਦਾ ਵੀਡੀਓ 'ਚ ਦਿਖਾਊਂਗਾ, ਉਸ ਤੋਂ ਪਹਿਲਾਂ ਨਹੀਂ ਦਿਖਾਉਂਦਾ। ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰੋਸੀਜਰ ਦੱਸ ਦੂੰਗਾ ਕੀ ਸਿਸਟਮ ਰਹਿੰਦਾ ਅਪਲਾਈ ਕਰਨ ਵਾਸਤੇ। ਅਤੇ ਆਪਾਂ ਵਲੋਗ ਇਹ ਬਿਲਕੁਲ ਛੋਟਾ ਜਿਹਾ ਰੱਖਣਾ, ਸ਼ੋਰਟ ਐਂਡ ਕ੍ਰਿਸਪੀ, ਕਿਉਂਕਿ ਮੈਂ ਵੀ ਕੰਮ 'ਤੇ ਜਾਣਾ, ਮੈਂ ਜ਼ਿਆਦਾ ਲੰਬਾ ਨਹੀਂ ਕਰਦਾ। ਪਰ ਮੈਂ ਇੱਕ ਮਿੰਟ ਟਾਈਮ ਦੇਖ ਲੈਂਦਾ, ਇਨ ਕੇਸ ਅਗਰ ਟਾਈਮ ਥੋੜ੍ਹਾ ਤਾਂ ਫਿਰ ਮੈਂ ਤੁਹਾਨੂੰ ਇਹ ਵਲੋਗ ਆਪਾਂ ਕੰਮ ਤੋਂ ਬਾਅਦ ਕੰਟੀਨਿਊ ਕਰਾਂਗੇ ਮੇ ਬੀ। ਪਹਿਲਾਂ ਮੈਂ ਪਲੇਟ ਨੂੰ ਫਿਕਸ ਕਰ ਲਾਂ, ਕਿਉਂਕਿ ਵਿਦਾਊਟ ਪਲੇਟ ਦੇ ਚਲਾਇਆ ਤਾਂ ਮੇਰਾ ਚਲਾਣ ਕੱਟਿਆ ਜਾਂਦਾ ਬਈ। ਆ ਜਾਓ ਫਿਰ। ਸੋ ਲਓ ਵੀ, ਆਪਾਂ ਨਵੀਂ ਪਲੇਟ ਆਪਾਂ ਕੱਸਤੀ ਆ, ਅਤੇ ਨੰਬਰ ਤੁਹਾਨੂੰ ਨਹੀਂ ਦਿਖਾਉਣਾ ਵਾਲੇ। ਉੱਤੇ ਵਾਲਾ ਕਵਰ ਵੀ ਮੈਂ ਨਵਾਂ ਨਾਲ ਲੈ ਕੇ ਆਇਆ ਸੀਗਾ। ਹਾਂ, ਥੋੜ੍ਹਾ ਜਿਹਾ ਹਿੰਟ ਦੇ ਸਕਦੇ, ਕਮੈਂਟਾਂ 'ਚ ਦੱਸ ਸਕਦੇ, ਹੈ ਬਾਈ ਦੇ ਨਾਲ ਰਿਲੇਟਡ ਥੋੜ੍ਹਾ ਜਿਹਾ। ਪਰ ਕੋਈ ਨਾ, ਤੁਹਾਨੂੰ ਮੈਨੂੰ ਗੱਡੀ 'ਚ ਬਹਿ ਕੇ ਦੱਸਦਾ ਕੀ ਪ੍ਰੋਸੀਜਰ ਆ ਸਾਰਾ। ਆ ਜਾਓ। ਹਾਂਜੀ, ਸੋ ਲਓ ਜੀ, ਆਪਾਂ ਹੁਣ ਪਲੇਟ ਜੜਦੀ ਆ। ਇੱਕ ਅੰਦਰੋਂ ਮੈਂ ਕਹਿੰਦਾ ਅਲੱਗ ਜਿਹੀ ਖੁਸ਼ੀ ਹੁੰਦੀ ਜਦੋਂ ਨਵੀਂ ਪਲੇਟ ਨਾ ਕਸਟਮਾਈਜ਼ ਪਲੇ, ਸਪੈਸ਼ਲੀ ਤੁਸੀਂ ਜਿਹੜੀ ਆਪਦੀ ਮਨਪਸੰਦ ਦੀ ਤੁਸੀਂ ਸਪੈਸ਼ਲ ਕਰਵਾ ਕੇ ਤਿਆਰ ਲਵਾਏ, ਉਹਦੇ ਮੈਂ ਕਹਿੰਦਾ ਖੁਸ਼ੀ ਅਲੱਗ ਹੀ ਹੁੰਦੀ ਆ। ਅਤੇ ਸ਼ੁਕਰ ਆ ਹਮੇਸ਼ਾ ਵਾਹਿਗੁਰੂ ਦਾ, ਹਮੇਸ਼ਾ ਨਿੱਕੀ ਨਿੱਕੀ ਚੀਜ਼ਾਂ ਦਾ ਵੀ ਸ਼ੁਕਰ ਕਰਿਆ ਕਰੋ ਵਾਹਿਗੁਰੂ ਦਾ। ਭਾਵੇਂ ਤੁਹਾਨੂੰ ਖਾਣ ਨੂੰ ਕੋਈ ਚੀਜ਼ ਮਿਲਦੀ ਹੈ, ਕੁਝ ਵੀ ਹੋਵੇ ਯਾਰ, ਹਮੇਸ਼ਾ ਉਹ ਤੋਂ ਬਿਨਾਂ, ਮੈਂ ਕਹਿੰਦਾ ਰੱਬ ਦੀ ਕਿਰਪਾ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ। ਸੋ ਹਮੇਸ਼ਾ ਪੋਜ਼ਿਟਿਵ ਵਾਈਬਸ ਵੰਡਿਆ ਕਰੋ ਇੱਕ ਦੂਜੇ ਨੂੰ, ਆਪਾਂ ਤਾਂ ਆਹੀ ਸਲਾਹ ਦਿੰਦੇ ਹਾਂ। ਬਾਕੀ ਹੁਣ ਰਹੀ ਗੱਲ ਪਲੇਟ ਦੀ, ਆਪਾਂ ਬੈਕ ਟੂ ਟੋਪਿਕ ਆਉਂਦੇ ਹਾਂ ਕਿ ਕਿੱਦਾਂ ਦਾ ਕੀ ਸਿਸਟਮ ਰਿਹਾ। ਅਤੇ ਟਾਈਮ ਹੈਗਾ ਆਪਣੇ ਕੋਲ ਆਲਮੋਸਟ 5 ਮਿੰਟ, ਸਿਰਫ 5 ਮਿੰਟ ਬਾਅਦ ਮੈਂ ਨਿਕਲਣਾ, ਠੀਕ ਆ। ਸੋ ਇਹਦਾ ਮੈਂ ਚੱਲ ਕਵਰ ਕਰ ਦੇਣਾ ਫਟਾਫਟ, ਜ਼ਿਆਦਾ ਇਹਨਾਂ ਐਕਸਪਲੇਨ ਕਰਨ ਵਾਲੀ ਇਹਦੇ 'ਚ ਹੈ ਨਹੀਂ ਕੁਛ। ਪਰ ਫਿਰ ਵੀ ਮੈਂ ਸੋਚਿਆ ਤੁਹਾਨੂੰ ਇਹ ਟੋਪਿਕ ਦੱਸਣਾ ਜ਼ਰੂਰੀ ਹੈ, ਕਿਉਂਕਿ ਹਰ ਪ੍ਰੋਵਿੰਸ 'ਤੇ ਆਪਣੇ ਅਲੱਗ ਅਲੱਗ ਰੂਲਸ ਰਹਿੰਦੇ ਆ। ਅਤੇ ਲਓ ਜੀ, ਧੁੱਪ ਵੀ ਨਿਕਲ ਆਈ ਹੈ, ਮੌਸਮ ਸਾਫ਼ ਹੋ ਗਿਆ। ਆਪਾਂ ਪਲੇਟ ਨਵੀਂ ਜਿਹੜੀ ਨਾਲ ਦੇ ਨਾਲ ਬਾਬਾ ਜੀ ਨੇ ਵੀ ਉੱਤੋਂ ਚਾਨਣ ਕਰਤਾ ਪੂਰਾ, ਐਂ ਘੈਂਟ ਵਾਲਾ ਕੰਮ ਕਰਤਾ। ਅਤੇ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਓਨਟਾਰੀਓ ਜਿਸ ਤੱਕ ਮੈਨੂੰ ਪਤਾ ਕਿ ਔਨਲਾਈਨ ਜਾ ਕੇ ਸਬਮਿਟ ਹੁੰਦੀ ਹੈ ਐਪਲੀਕੇਸ਼ਨ, ਅਤੇ ਔਨਲਾਈਨ ਤੁਸੀਂ ਕਸਟਮ ਪਲੇਟ ਦਾ ਨੰਬਰ ਪਾਓਗੇ ਆਪਣਾ, ਅਤੇ ਥੱਲੇ ਰੀਜ਼ਨ ਪੁੱਛਦੇ ਕਿ ਇਹਦਾ ਮੀਨਿੰਗ ਕੀ ਆ। ਜੇ ਤਾਂ ਉਹਨਾਂ ਨੂੰ ਰੀਜ਼ਨ ਸਹੀ ਲੱਗਦਾ ਫਿਰ ਤੁਹਾਡੀ ਅਪਰੂਵਲ ਦੇ ਦਿੰਦੇ, ਅਗਰ ਉਹਨਾਂ ਨੂੰ ਕੋਈ ਵਾਇਲੈਂਟ ਲੱਗਦਾ ਨੰਬਰ, ਹੈ ਨਾ, ਕੋਈ ਇੱਦਾਂ ਦਾ ਮੀਨਿੰਗ ਆਉਂਦਾ ਵੀ ਜਿਹੜਾ ਹੇਟ ਐਂਡ ਵਾਇਲੈਂਟ ਜਿਹੜਾ ਹੁੰਦਾ ਉਹਨੂੰ ਅਪਰੂਵ ਨਹੀਂ ਕਰਦੇ। ਪਰ ਰੈਦਰ ਦੈਨ ਜਿੰਨੇ ਵੀ ਤੁਸੀਂ ਨੰਬਰ ਕਸਟਮ ਅਪਲਾਈ ਕਰਦੇ ਹੋ, ਮੋਸਟਲੀ ਸਾਰੇ ਆਪਦੇ ਗੋਤ ਦਾ ਹੀ ਕਰਵਾਉਂਦੇ ਆ, ਜਾਂ ਪੰਜਾਬ ਦਾ ਕਰਾ ਲੈਂਦੇ ਆ, ਜਾਂ ਕਿਸੇ ਦੁਆਬੇ ਵਾਲੇ, ਕਿਸੇ ਮਾਲਵੇ ਵਾਲੇ, ਕਿਸੇ ਮਾਝੇ ਵਾਲੇ, ਇੱਦਾਂ ਕਰਾ ਲੈਂਦੇ ਆ। ਪਰ ਮੈਂ ਦੱਸਣਾ ਚਾਹੂੰਗਾ ਕਿ ਮੈਂ ਬਾਈ ਦੇ ਰਿਲੇਟਿਡ ਦਾ ਨੰਬਰ ਤੁਹਾਨੂੰ ਦੱਸਿਆ ਆਪਾਂ ਲਿਆ ਵਾ, ਅਤੇ ਬਾਈ ਨਾਲ ਚੱਲ ਕਿਸਮਤ 'ਚ ਤਾਂ ਨਹੀਂ ਸੀ ਬਾਈ ਨੂੰ ਮਿਲਣਾ, ਪਰ ਕਿਤੇ ਨਾ ਕਿਤੇ ਆਪਾਂ ਨਾਲ ਰੱਖਦੇ ਹਾਂ ਹਰ ਟਾਈਮ ਬਾਈ ਨੂੰ। ਅਤੇ ਬਾਈ ਦੇ ਰਿਲੇਟਿਡ ਨੰਬਰ ਮੈਂ ਆਪਦਾ ਲਿੱਤਾ ਸੀਗਾ। ਪਹਿਲਾਂ ਮੈਂ ਬਹੁਤ ਸਰਚ ਕੀਤਾ, ਮੈਨੂੰ ਮਿਲਿਆ ਨਹੀਂ, 4-5 ਆਪਸ਼ਨ ਮਿਲੇ, ਅਤੇ ਫਿਰ ਮੈਂ ਸੋਚਿਆ ਆਹ ਵਾਲਾ ਕਰਦੇ ਹਾਂ ਪੱਕਾ ਆਪਾਂ ਫਾਈਨਲ। ਸੋ ਓਨਟਾਰੀਓ ਸਿਸਟਮ ਤਾਂ ਰਹਿੰਦਾ, ਪਰ ਨਿਊ ਬ੍ਰੰਸਵਿਕ ਵਿੱਚ ਕੀ ਆ, ਇੱਥੇ ਹਾਲੇ ਥੋੜ੍ਹਾ ਜਿਹਾ ਮੈਂ ਕਹਿੰਦਾ ਵੀ ਪੁਰਾਣਾ ਸਿਸਟਮ ਯੂਜ਼ ਕਰਦੇ, ਕਾਗਜ਼ੀ ਸਿਸਟਮ। ਤੁਸੀਂ ਕੀ ਕਰਨਾ, ਜਿਵੇਂ ਮੈਂ ਇੱਥੇ ਆਇਆ ਸਰਵਿਸ ਨਿਊ ਬ੍ਰੰਸਵਿਕ, ਇਹਨੂੰ SNB ਕਹਿੰਦੇ ਸ਼ੋਰਟ 'ਚ, ਅਤੇ ਤੁਹਾਡੇ ਪ੍ਰੋਵਿੰਸ 'ਚ ਹਰ ਪ੍ਰੋਵਿੰਸ 'ਚ ਆਪਦਾ ਅਲੱਗ ਅਲੱਗ ਸਿਸਟਮ ਹੁੰਦਾ, ਕਿਤੇ ਵੀ ਜੋ ਤੁਸੀਂ ਬੈਠੇ ਹੋ।
ਮੈਂ ਇਹਨਾਂ ਕੋਲ ਆਇਆ, ਮੈਂ ਸਿੱਧਾ ਕਿਹਾ ਜੀ ਮੈਂ ਕਸਟਮ ਪਲੇਟ ਅਪਲਾਈ ਕਰਨੀ ਹੈ। ਇੱਥੇ ਪਰਸਨਲਾਈਜ਼ ਪਲੇਟ ਕਹਿੰਦੇ ਆ, ਕਸਟਮ ਨਹੀਂ ਕਹਿੰਦੇ। ਫਿਰ ਉਹਨੂੰ ਸਮਝ ਨਹੀਂ ਆਇਆ, ਮੈਂ ਕਿਹਾ ਮੈਂ ਖੁਦ ਆਪਦਾ ਨੰਬਰ ਆਪਦੀ ਮਰਜ਼ੀ ਦਾ ਲਾਉਣਾ ਚਾਹੁੰਦਾ। ਕਹਿੰਦੇ ਪਰਸਨਲਾਈਜ਼ ਪਲੇਟ, ਮੈਂ ਕਿਹਾ ਹਾਂਜੀ। ਫਿਰ ਉਹਨਾਂ ਨੇ ਇੱਕ ਮੈਨੂੰ ਫੋਰਮ ਦਿੱਤਾ। ਫੋਰਮ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਤੁਹਾਡੀ ਸਾਰੀ ਗੱਡੀ ਡਿਟੇਲ ਆਉਂਦੀ ਹੈ ਕਿ ਪ੍ਰੀਵੀਅਸ ਨੰਬਰ, ਓਨਰ ਨੇਮ, ਜੇ ਫਲਾਣਾ ਟਿਮਖਾਣਾ, ਐਡਰੈਸ ਉਡਰੈਸ, ਨੰਬਰ ਨੰਬਰ। ਅਤੇ ਥੱਲੇ ਤਿੰਨ ਸੈਕਸ਼ਨ ਬਣੇ ਹੁੰਦੇ ਆ, ਮਤਲਬ ਤਿੰਨ ਡੱਬੇ ਬਣੇ ਹੁੰਦੇ ਆ। ਉਹਨਾਂ ਦੇ ਵਿੱਚ ਤੁਸੀਂ ਮੈਕਸ ਟੂ ਮੈਕਸ ਪਰ ਨੰਬਰ 7, ਮਤਲਬ 7 ਡਿਜਿਟ ਦਾ ਨੰਬਰ ਹੁੰਦਾ ਉੱਥੇ, 7, ਤੁਹਾਡੇ ਕੋਲ 7 ਡਿਜਿਟ ਤੱਕ ਤੁਸੀਂ ਕੋਈ ਵੀ ਨੰਬਰ ਚੂਜ਼ ਕਰ ਸਕਦੇ ਹੋ। ਸੋ ਤਿੰਨ ਡੱਬੇ ਹੁੰਦੇ ਆ, ਤਿੰਨਾਂ 'ਚ ਤੁਸੀਂ ਆਪਦਾ ਅਲੱਗ ਅਲੱਗ ਚੋਇਸ ਪਾ ਸਕਦੇ ਹੋ। ਉੱਥੇ ਫਸਟ, ਸੈਕਿੰਡ, ਥਰਡ ਪ੍ਰੈਫਰੈਂਸ 'ਤੇ ਟਿਕ ਵੀ ਕਰ ਸਕਦੇ ਹੋ। ਰੈਦਰ ਦੈਨ ਅਗਰ ਤੁਹਾਡੀ ਫਿਰ ਵੀ ਕੋਈ ਪ੍ਰੈਫਰੈਂਸ ਹੈ, ਤੁਸੀਂ ਇੱਥੇ ਆ ਕੇ ਮੌਕੇ 'ਤੇ ਵੀ ਦੱਸ ਸਕਦੇ ਹੋ। ਉਹਦਾ ਹੁਣ ਉਹ ਡਿਪੈਂਡ ਕਰਦਾ ਹੈ ਤੁਹਾਨੂੰ ਡੀਲ ਕੌਣ ਕਰ ਰਿਹਾ ਅੱਗੋਂ ਤੋਂ। ਹੁਣ ਜਿੱਦਾਂ ਮੈਂ ਆਇਆ ਸੀਗਾ, ਜਿਹੜੇ ਰੈਫਰੈਂਸ ਮੈਂ ਲੈ ਕੇ ਆਇਆ ਸੀਗਾ, ਉਹਨਾਂ 'ਚੋਂ ਮੈਨੂੰ ਕੋਈ ਵੀ ਨਹੀਂ ਮਿਲਿਆ, ਕਿਉਂਕਿ ਆਲਰੇਡੀ ਕਿਸੇ ਨਾਲ ਲੈ ਰੱਖੇ ਸੀ। ਮੈਂ ਕਹਿੰਦਾ ਬਾਈ ਲੱਕੀ ਹੋ, ਜੇ ਮੇਰੇ ਕਿਤੇ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਬਹੁਤ ਲੱਕੀ ਹੋ, ਤੁਸੀਂ ਪਹਿਲਾਂ ਇਹ ਨੰਬਰ ਲੈ ਲਏ, ਹੈ ਨਾ। ਮੈਨੂੰ ਐਸ ਵੀ ਹਲੇ ਇਸ ਪ੍ਰੋਵਿੰਸ 'ਚ ਪੰਜਾਬੀ ਘੱਟ ਨੇ, ਅਤੇ ਸ਼ਾਇਦ ਨੰਬਰ ਜ਼ਿਆਦਾ ਕਸਟਮਾਈਜ਼ ਨਹੀਂ ਲੱਗੇ ਹੋਣਗੇ ਜਿਹੜੇ ਮੈਂ ਸੋਚ ਕੇ ਆਇਆ ਸੀ, ਪਰ ਉਹ ਆਲਰੇਡੀ ਲੱਗ ਚੁੱਕੇ ਆ। ਚਲੋ ਬਹੁਤ ਬਹੁਤ ਵਧੀਆ ਸਾਰੇ, ਬਹੁਤ ਮੈਂ ਕਹਿੰਦਾ ਸਾਰੇ ਆਪਦੀ ਮਨਪਸੰਦ ਨੰਬਰ ਲੈਣ, ਚੰਗੀ ਗੱਲ ਆ। ਅਤੇ ਫਿਰ ਉਹ ਜਿਹੜੀ ਲੇਡੀ ਸੀ, ਉਹਨੇ ਮੈਨੂੰ ਬਹੁਤ ਸੋਹਣਾ ਡੀਲ ਕੀਤਾ। ਲੇਡੀ ਨੇ ਕਹਿੰਦੀ ਅਗਰ ਤੁਹਾਡੇ ਹੋਰ ਕੋਈ ਪ੍ਰੈਫਰੈਂਸ ਹੈਗੀ ਤਾਂ ਉਹ ਵੀ ਦੱਸ ਦੇ। ਫਿਰ ਉਹ ਮੈਂ ਉਹਨੂੰ ਤਿੰਨ ਨੰਬਰ ਹੋਰ ਦਿੱਤੇ। ਉਹ ਤੋਂ ਬਾਅਦ ਉਸੇ ਪੇਪਰ 'ਤੇ ਪਿੱਛੇ ਬੈਕ ਸਾਈਡ ਪਲੇ ਨਹੀਂ ਹੁੰਦੀ ਹੈ, ਐਵੇਂ ਉਹਨੇ ਟੈਂਪਰੇਰੀ, ਉਹ ਵੀ ਸਰਚ ਕੀਤੇ, ਉਹ ਵੀ ਨਾ ਮਿਲੇ। ਫਿਰ ਮੈਂ 7th ਨੰਬਰ ਆ ਦਿੱਤਾ ਜਿਹੜਾ ਹੁਣ ਮੈਂ ਲੈ ਕੇ ਆਇਆ। ਫਿਰ ਮੈਂ ਥੋੜ੍ਹਾ ਜਿਹਾ ਦਿਮਾਗ ਲਾਇਆ, ਮੈਂ ਕਿਹਾ ਇਹਨੂੰ ਜਿਹੜਾ ਨੰਬਰ ਮੈਨੂੰ ਚਾਹੀਦਾ ਹੈ, ਮੈਂ ਨੰਬਰ ਦਾ ਹੀ ਚਾਹੀਦਾ ਸੀ, ਪਰ ਮੈਂ ਥੋੜ੍ਹਾ ਜਿਹਾ ਇਹਨੂੰ ਅੱਗੇ ਕਸਟਮਾਈਜ਼ ਕਰਤਾ, ਹੈ ਨਾ, ਕਿਉਂਕਿ ਸੇਮ ਨੰਬਰ ਨਹੀਂ ਮਿਲ ਰਿਹਾ। ਫਿਰ ਮੈਂ ਕਿਹਾ ਚੱਲ ਥੋੜ੍ਹਾ ਜਿਹਾ ਆਪਦਾ ਕਸਟਮਾਈਜੇਸ਼ਨ ਕਰ ਦਿੰਦੇ ਹਾਂ, ਜਿਹਦੇ ਨਾਲ ਆਪਣੀ ਪ੍ਰੈਫਰੈਂਸ ਵੀ ਆਪਣੀ ਰਹਿ ਜੂਗੀ ਅਤੇ ਨੰਬਰ ਦਾ ਨੰਬਰ ਵੀ ਆ ਜੂਗਾ, ਹੈ ਨਾ। ਸੋ ਮੈਂ ਆਪਦੀ ਪਰਸਨਲ ਕਸਟਮਾਈਜੇਸ਼ਨ ਕਰਕੇ ਤਾਂ ਮੈਂ ਨੰਬਰ ਚੱਕ ਲਿਆ। ਹੁਣ ਡਾਕੂਮੈਂਟੇਸ਼ਨ ਕੀ ਚਾਹੀਦੀ? ਡਾਕੂਮੈਂਟੇਸ਼ਨ ਚਾਹੀਦੀ ਜੇਕਰ ਤੁਹਾਡੀ ਗੱਡੀ ਦੀ ਆਰਸੀ, ਮਤਲਬ ਰਜਿਸਟ੍ਰੇਸ਼ਨ, ਅਤੇ ਇੰਸ਼ੋਰੈਂਸ ਓਬਵੀਅਸਲੀ ਚਾਹੀਦਾ, ਤੁਹਾਡਾ ਲੋਕਲ ਐਡਰੈਸ ਪਰੂਫ ਲਾਈਕ ਡਰਾਈਵਿੰਗ ਲਾਇਸੈਂਸ, ਜਾਂ ਤੁਹਾਡਾ ਇੰਸ਼ੋਰੈਂਸ ਵੀ ਐਜ਼ ਆ ਐਡਰੈਸ ਪਰੂਫ ਚੱਲ ਜਾਂਦਾ, ਪਰ ਉਹ ਐਕਸਟਰਾ ਮੰਗਦੇ ਆ ਡਿਜੀਟਲ, ਮਤਲਬ ਜਿਹਦੀ ਤੁਹਾਡੀ ਫੋਟੋ ਲੱਗੀ ਹੋਵੇ, ਉਹ ਹੋਣਾ ਚਾਹੀਦਾ। ਇੱਕ ਅੱਧਾ ਐਕਸਟਰਾ ਪਰੂਫ ਤੁਸੀਂ ਹੋਰ ਦੇਣਾ ਚਾਹੋ, ਲਾਈਕ ਮੋਬਾਈਲ ਬਿੱਲ ਜਾਂ ਬੈਂਕ ਦੀ ਸਟੇਟਮੈਂਟ, ਕੁਛ ਵੀ ਇੱਦਾਂ ਦੇ ਸਕਦੇ ਹੋ, ਪਰ ਇੰਨਾ ਮੰਗਦੇ ਨਹੀਂ ਗਿਓ। ਮਤਲਬ ਤਿੰਨ ਡਾਕੂਮੈਂਟ ਤਾਂ ਪੱਕੇ, ਇੰਸ਼ੋਰੈਂਸ, ਆਰ ਸੀ ਅਤੇ ਤੁਹਾਡਾ ਲਾਇਸੈਂਸ, ਇਹ ਤਿੰਨ ਚੀਜ਼ਾਂ ਚਾਹੀਦੀਆਂ ਚਾਹੀਦੀਆਂ, ਠੀਕ ਹੈ ਜੀ। ਉਹ ਤੋਂ ਬਾਅਦ ਫੀ ਕਿੰਨੀ ਆ? ਫੀ ਹੈਗੀ ਹੈ ਜੀ $200, ਆਈ ਥਿੰਕ ਇੰਕਲੂਡਿੰਗ ਟੈਕਸ ਆਇਆ, ਪਤਾ ਨਹੀਂ ਐਕਸਕਲੂਡਿੰਗ ਆ, ਮੈਨੂੰ ਇੱਦਾਂ ਯਾਦ ਨਹੀਂ ਕਨਫਰਮ, ਮਤਲਬ $200 ਸਮਥਿੰਗ ਲੱਗੀ ਸੀਗੀ। ਹੁਣ ਇਹ ਫੀਸ ਵੇਰੀ ਕਰਦੀ ਹੈ ਪ੍ਰੋਵਿੰਸ ਟੂ ਪ੍ਰੋਵਿੰਸ, ਆਈ ਥਿੰਕ ਅੰਟਾਰੀਓ 'ਚ ਮੈਂ ਜਿੱਥੇ ਤੱਕ ਔਨਲਾਈਨ ਚੈੱਕ ਕੀਤਾ ਸੀਗਾ 80 to 150 ਦੇ ਸਮਥਿੰਗ, ਮਤਲਬ 150 to 150 ਤੱਕ ਲਗਭਗ ਸੀਗੀ। ਪਰ ਉਹੀ ਗੱਲ ਹੈ, ਪ੍ਰੋਵਿੰਸ 'ਤੇ ਪ੍ਰੋਵਿੰਸ ਡਿਪੈਂਡ ਕਰਦਾ, ਮੈਨੂੰ ਯਾਦ ਨਹੀਂ ਗਾ। ਸੋ ਜਿਹੜੀ ਪ੍ਰੋਵਿੰਸ ਤੁਸੀਂ ਬੈਠੇ ਹੋ, ਜਾਂ ਤੁਸੀਂ ਕੱਲ੍ਹ ਨੂੰ ਆਉਣਾ ਇੱਥੇ, ਆਪਦੀ ਪ੍ਰੋਵਿੰਸ 'ਚ ਆ ਕੇ ਚੈੱਕ ਕਰ ਸਕਦੇ ਤੁਹਾਨੂੰ ਕਿੰਨੇ ਦਾ ਇਹ ਨੰਬਰ ਪੈਂਦਾ। $200 ਲੱਗ ਗਿਆ ਸੀ ਵੀ, ਹਾਂ ਵੀ ਬਹੁਤ ਜ਼ਿਆਦਾ ਹੈ, ਪਰ ਮੈਂ ਕਿਹਾ ਚਲੋ, ਸ਼ੌਂਕ ਤਾਂ ਕਹਿੰਦੇ ਨੇ ਮੁੱਲ ਨਹੀਂ ਹੁੰਦਾ, ਮੈਂ ਕਿਹਾ ਕੋਈ ਗੱਲ ਨਹੀਂ, ਜਿੱਥੇ ਇੰਨਾ ਖਰਚਾ ਹੋ ਗਿਆ, ਹੈ ਨਾ, ਬਾਬਾ ਆਪੇ ਅੰਗ ਸੰਗ ਸਹਾਈ ਰਹੂਗਾ, ਆਪੇ ਬਰਕਤਾਂ ਪਾਊਗਾ ਕਮਾਈ 'ਚ, ਕੋਈ ਚੱਕਰ ਨਹੀਂ। ਜੇ ਇੱਥੇ ਆਏ ਹਾਂ, ਇੱਥੇ ਆਉਣ ਦਾ ਵੀ ਇੱਕ ਡਰੀਮ ਸੀ, ਇੱਥੇ ਆਇਆ ਨਾ, ਸਾਰਾ ਕੁਛ ਹੌਲੀ ਹੌਲੀ ਹੋ ਰਿਹਾ। ਆਈਫੋਨ ਲਿੱਤਾ ਨਵਾਂ, ਲੇਟੈਸਟ, ਕਦੀ ਸੋਚਿਆ ਨਹੀਂ ਸੀ ਵੀ ਨਵਾਂ ਆਈਫੋਨ ਵੀ ਲਵਾਂਗੇ, ਹੈ ਨਾ। ਸੋ ਜੋ ਜੋ ਚੀਜ਼ਾਂ ਹੁੰਦੀਆਂ ਹਮੇਸ਼ਾ ਸ਼ੁਕਰ ਕਰਿਆ ਕਰੋ ਰੱਬ ਦਾ, ਮੈਂ ਤਾਂ ਆਹੀ ਕਹਿੰਦਾ। ਬਾਕੀ ਜਿਹੜਾ 200 ਦਾ ਮੈਨੂੰ ਨੰਬਰ ਪਿਆ, ਪਰ ਮੈਨੂੰ ਚਾਹ ਬੜਾ ਹੈ, ਕੱਲ੍ਹ ਨੂੰ ਜੇ ਮੈਂ ਗੱਡੀ ਚੇਂਜ ਵੀ ਕਰਦਾ, ਉਹਦੀ ਕਸਟਮ ਪਲੇਟ ਮੈਂ ਨਾਲ ਲੈ ਕੇ ਜਾ ਸਕਦਾ, ਅਤੇ ਗੱਡੀ ਆਪਾਂ ਇੱਦਾਂ ਕਿਸੇ ਹੋਰ ਨੂੰ ਦੇ ਦਿਆਂਗੇ, ਆਪਦੀ ਪਲੇਟ ਅਲੱਗ ਤੋਂ ਲਾ ਸਕਦਾ। ਇੱਥੇ ਆਹ ਰੂਲ ਹੈਗਾ, ਸੇਮ ਰੂਲ ਆਈ ਥਿੰਕ ਇੰਡੀਆ 'ਚ ਵੀ ਹੈਗਾ, ਤੁਸੀਂ ਆਪਦੇ ਜੇ ਕੋਈ ਵਧੀਆ ਨੰਬਰ ਹੁੰਦੇ ਜਿੱਦਾਂ, ਹੈ ਨਾ, ਉਹ ਆਪਦੇ ਰੱਖ ਲੈਂਦੇ ਜਿੱਦ ਤੱਕ ਮੈਨੂੰ ਪਤਾ। ਬਾਕੀ ਰਹੀ ਗੱਲ ਨੰਬਰ ਦਿਖਾਉਣ ਦੀ, ਉਹ ਮੈਂ ਤੁਹਾਨੂੰ ਹੁਣ ਜਾ ਕੇ ਦਿਖਾਉਂਦਾ ਆਪਣੇ ਕੰਮ 'ਤੇ। ਇੱਕ ਵਾਰੀ ਮੈਂ ਨਿਕਲਦਾ, ਹੁਣ ਆਲਮੋਸਟ ਹੋ ਗਏ ਆ 4:30 ਸ਼ਾਮ ਦੇ, ਮੇਰਾ 5 ਵਜੇ ਕੰਮ ਆ, ਮੈਨੂੰ 15 ਮਿੰਟ ਦੀ ਡਰਾਈਵ ਆ, ਫਿਰ ਮੈਨੂੰ ਲੇਟ ਹੋ ਜਾਊਗਾ, ਮੈਂ ਪਹੁੰਚਣਾ ਵੀ ਟਾਈਮ ਨਾਲ।
ਸੋਨ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਕਸਟਮ ਨੰਬਰ ਆਪਣਾ। ਬਾਕੀ ਕਮੈਂਟਾਂ 'ਚ ਮੈਨੂੰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਵਲੌਗ, ਅਤੇ ਨਾਲ ਨਾਲ ਬਣੇ ਰਹੇ, ਹੁਣ ਆਪਾਂ ਚੱਲੇ ਹਾਂ ਹਾਈਵੇ ਦੇ ਉੱਤੇ। ਆ ਜਾਓ ਸਲੋ ਜੀ, ਮੈਂ ਕੰਮ 'ਤੇ ਪਹੁੰਚ ਗਿਆ ਅਤੇ ਆਲਮੋਸਟ ਸਿਰਫ 5 ਮਿੰਟ ਰਹਿ ਗਿਆ, ਅਤੇ ਤੁਹਾਨੂੰ ਥੋੜ੍ਹਾ ਜਿਹਾ ਹੁਣ ਵੇਟ ਕਰਨਾ ਪੈਣਾ। ਵੈਸੇ ਵੀਡੀਓ ਤੁਹਾਨੂੰ ਥੋੜ੍ਹਾ ਜਿਹਾ ਵੇਟ ਕਰਨਾ ਪੈਣਾ, ਪਰ ਮੈਂ ਤਾਂ ਰਾਤੀ ਵੇਲਾ ਆਊਂਗਾ ਸ਼ਿਫਟ ਤੋਂ, ਅਤੇ ਤੁਹਾਨੂੰ ਰਾਤੀ ਦੱਸਦੇ ਹਾਂ ਕਿ ਆਪਣੀ ਪਲੇਟ ਕਿਹੜੀ ਆ, ਅਤੇ ਨਾਲ ਤੁਹਾਨੂੰ ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਰ ਰਹਿ ਗਈ ਸੀ ਦੱਸਣੀ, ਮੈਂ ਭੁੱਲ ਗਿਆ ਸੀਗਾ, ਅਤੇ ਉਹ ਵੀ ਮੈਂ ਤੁਹਾਨੂੰ ਕਵਰ ਕਰੂੰਗਾ ਐਂਡ ਆਫ ਦਾ ਵੀਡੀਓ ਦੇ ਵਿੱਚ। ਅਤੇ ਇੱਦਾਂ ਹੀ ਵੇਟ ਕਰਦੇ ਰਹੋ, ਭੱਜੇ ਹੋਣਾ ਕਿਤੇ, ਅਤੇ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਕੀ ਹੋ ਸਕਦਾ ਨੰਬਰ। ਬਾਕੀ ਮਿਲਦੇ ਹਾਂ ਜੀ ਹੁਣ ਆਪਾਂ ਤੁਹਾਨੂੰ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ, ਤੁਹਾਡੇ ਲਈ ਕੁਛ ਸਕਿੰਟਾਂ ਦੀ ਪਰ ਮੇਰੇ ਲਈ ਕੁਛ ਘੰਟਿਆਂ ਦੀ। ਹਾਂਜੀ, ਸੋ ਲਓ ਜੀ, ਅਗਲੀ ਸੁਬਾਹ 'ਚ ਤੁਹਾਡਾ ਦੁਬਾਰਾ ਸਵਾਗਤ ਹੈ ਇੱਕੋ ਵਲੋਗ ਦੇ ਵਿੱਚ। ਰਾਤੀ ਬਹੁਤ ਜ਼ਿਆਦਾ ਲੇਟ ਹੋ ਗਏ ਸੀਗੇ, ਇਸ ਕਰਕੇ ਵਲੋਗ ਨੂੰ ਕੰਟੀਨਿਊ ਨਹੀਂ ਕਰ ਪਾਏ, ਅਤੇ ਮੈਂ ਕਿਹਾ ਚਲੋ ਦਿਨੇ ਕੰਟੀਨਿਊ ਕਰ ਦਾਂਗੇ। ਸੋ ਅੱਜ ਤੱਕ ਮੈਨੂੰ ਯਾਦ ਹੈ, ਕਿਉਂਕਿ ਕੱਲ੍ਹ ਦੀ ਗੱਲ ਹੈ, ਮੈਂ ਵਲੋਗ ਵੇਖਿਆ ਵੀ ਨਹੀਂ ਦੁਬਾਰਾ ਵੀਡੀਓ, ਬਟ ਪ੍ਰੋਸੈਸਿੰਗ ਟਾਈਮ ਬਾਰੇ ਮੈਂ ਦੱਸਣਾ ਭੁੱਲ ਗਿਆ ਸੀ। ਸੋ ਪ੍ਰੋਸੈਸਿੰਗ ਟਾਈਮ ਰਹਿੰਦਾ ਜੀ ਅਰਾਊਂਡ 6 to 8 weeks, ਮਤਲਬ 6 to 8 ਹਫ਼ਤੇ ਕਹਿ ਲਓ, ਅਪਰੋਕਸੀਮੇਟਲੀ 2 ਮੰਥ ਲੱਗਦੇ ਆ। ਪਰ ਯੂਜਲੀ ਕੀ ਹੁੰਦਾ ਕਿ ਮੈਂ ਇੱਕ ਦੋ ਦੋਸਤਾਂ ਨੂੰ ਹੋਰ ਵੀ ਪੁੱਛਿਆ ਪਲੇਟਾਂ, ਉਹਨਾਂ ਦੀ ਵੀ ਆਈਆਂ ਹੋਈਆਂ ਨੇ ਮੇਰੇ ਨਾਲ ਜਿਹੜੇ ਕੰਮ ਕਰਦੇ ਆ। ਸੋ ਉਹਨਾਂ ਦੇ ਵੀ ਵਿਦ ਇਨ ਅ ਮੰਥ ਜਾਂ 1.5 ਮੰਥ ਦੇ ਅੰਦਰ ਅੰਦਰ ਆ ਗਈ ਸੀ, ਅਤੇ ਮੇਰੇ ਵੀ 1.5 ਮੰਥ ਦੇ ਅੰਦਰ, ਮੈਨੂੰ 1.5 ਵੀ ਨਹੀਂ ਲੱਗਿਆ, ਮਤਲਬ 1.25 ਮਹੀਨਾ ਹੀ, ਹੈ ਨਾ, 45 ਦਿਨਾਂ 'ਚ ਆ ਗਈ ਸੀ ਮੇਰੀ ਪਲੇਟ। ਅਤੇ ਮੈਨੂੰ ਕੋਲ ਆ ਗਈ ਸੀ, ਪਰ ਮੈਂ ਚੱਕਣ, ਦੇਖੋ ਅੱਜ ਗਿਆ ਸੀਗਾ, ਕੱਲ੍ਹ ਗਿਆ ਸੀ, ਸੋਰੀ, ਕਿਉਂਕਿ ਮੈਨੂੰ ਟਾਈਮ ਨਹੀਂ ਲੱਗਿਆ ਸੀਗਾ। ਸਿਰ ਤੁਹਾਨੂੰ ਨੰਬਰ ਦੇ ਦਰਸ਼ਨ ਕਰਾ ਦਿੰਦੇ ਹਾਂ, ਦੇਖੋ PBX 86 ਹੈ ਨਹੀਂ, ਗੱਲਬਾਤ ਖਾਸੀ ਹੈ ਨਹੀਂ। ਸੋ ਬਾਈ ਨਾਲ ਆਪਣਾ ਪਿਆਰ ਬਹੁਤ ਆ ਦਿਲੋਂ ਹੀ ਆ, ਅਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਬਾਈ ਦੇ ਰਿਲੇਟਿਡ ਹੀ ਆਪਾਂ ਕੋਈ ਨਾ ਕੋਈ ਪਲੇਟ ਲਿੱਤੀ ਆ। ਸੋ ਜੇ ਤੁਹਾਡਾ ਗੈਸ ਸਹੀ ਸੀਗਾ ਤਾਂ ਕਮੈਂਟਾਂ 'ਚ ਤੁਸੀਂ ਦੱਸ ਦਿਓ, ਜੇ ਗਲਤ ਸੀ ਤਾਂ ਵੀ ਕੋਈ ਚੱਕਰ ਨਹੀਂ। ਬਾਕੀ ਹੁਣ ਮੈਂ ਨਿਕਲਦਾ ਕੰਮ ਲਈ, ਕਿਉਂਕਿ ਮੈਂ ਲੇਟ ਹੋ ਰਿਹਾ, ਰਾਤੀ ਵੀ ਲੇਟ ਆਇਆ ਸੀਗਾ, ਹੁਣ ਫਿਰ ਮੈਂ ਨਿਕਲ ਰਿਹਾ। ਬਸ ਇੱਦਾਂ ਹੀ ਬਿਜ਼ੀ ਲਾਈਫ ਹੈ ਕੈਨੇਡਾ ਦੀ, ਹੱਸਦੇ ਖੇਡਦੇ ਰਹੋ, ਇੱਕ ਦੂਜੇ ਨੂੰ ਪੋਜ਼ਿਟਿਵਿਟੀ, ਪੋਜ਼ਿਟਿਵ ਵਾਈਬਸ ਦਿਆ ਕਰੋ ਇੱਕ ਦੂਜੇ ਨੂੰ, ਅਤੇ ਸਾਰਿਆਂ ਨੂੰ ਬਾਬਾ ਚੜ੍ਹਦੀ ਕਲਾ 'ਚ ਰੱਖੇ, ਮੈਂ ਤਾਂ ਹੀ ਅਰਦਾਸ ਕਰਦਾ, ਅਤੇ ਖੁਸ਼ ਰਹੋ। ਮਿਲਦੇ ਹਾਂ ਜੇ ਆਪਾਂ ਕਿਸੇ ਹੋਰ ਵਲੋਗ 'ਚ, ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੇਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਫੋਲੋ ਜ਼ਰੂਰ ਕਰ ਲਿਓ, ਤਾਂ ਕਿ ਮੇਰੇ ਲਾਈਫ ਦੀ ਡੇਲੀ ਅਪਡੇਟ ਤੁਹਾਨੂੰ ਮਿਲਦੀ ਰਹੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।